ਲਓ ਵੀ ਮਿੱਤਰੋ, ਸਵਾਗਤ ਹੈ ਜੀ ਆਪਣਾ ਨਵੇਂ ਵਲੋਗ ਦੇ ਵਿੱਚ। ਅਤੇ ਪਿਛਲੇ ਵਲੋਗਾਂ 'ਚ ਤੁਸੀਂ ਦੇਖਿਆ ਆਪਾਂ ਸਾਰਿਆਂ ਨੇ ਬੰਪਰ ਕੱਸਦੇ ਸੀਗੇ, ਅਤੇ ਉਹ ਦੋ ਸਵਰਾਜ ਖੜ੍ਹੇ ਨੇ ਉੱਥੇ, ਉਹਨਾਂ ਦੇ ਵੀ ਕੱਸਤਾ ਸੀਗਾ, ਅਤੇ ਪ੍ਰੀਤ 'ਤੇ ਵੀ ਕੱਸਤਾ ਸੀ ਅਤੇ ਇਹਦੇ ਵੀ ਕੱਸਤਾ ਸੀ। ਅਤੇ ਬੰਪਰ ਆਪਣੇ ਹੋ ਗਏ ਰੈਡੀ, ਅਤੇ ਜਿਹੜਾ ਆਪਣਾ ਚੌੜੇ ਡੇਰਾ ਵਾਲਾ ਸਵਰਾਜ ਹੈਗਾ, ਪੰਜਾਬ ਦਾ ਮੈਪਸ ਪਾਉਣਾਗੇ ਇੱਥੇ। ਅਤੇ ਅੱਜ ਆਪਾਂ ਕੱਸ ਦਿਆਂਗੇ ਇਹਦਾ ਟੁੱਟਿਆ ਪਿਆ ਸੀ ਮੀਟਰ, ਆਹ ਤਰੇੜਾਂ ਤਰੂੜਾਂ ਜਿਹੀਆਂ ਵਾਲੀਆਂ ਹੀ ਪਈਆਂ ਸੀਗੀਆਂ, ਖਰਾਬ ਜਿਹਾ ਪਿਆ ਸੀਗਾ ਇਹ, ਆਪਾਂ ਨਵਾਂ ਲਏ ਸੀਗਾ ਹਾਂ ਇਕੱਲੀ ਬੋਡੀ ਦੀ। ਅਤੇ ਇਹ ਕਸਾਂਗੇ ਆਪਾਂ, ਆਹ ਟੇਪ ਜੀ ਵਾਲੀ ਹੋਰ ਹੀ ਜੇ ਲਾ ਦੇਈਦੀ ਅੱਜ, ਨਹੀਂ ਉਹਨਾਂ ਦੀ ਬਾਲੀ ਘੈਂਟ ਲਾ ਦੇਗੀ ਪੀਲੀ ਜੀ, ਇਹ ਚਮਕ ਜੀ ਵਾਲੀ ਕਰਤੀ ਉਹਨੇ ਗਲੋਸੀ ਜੀ, ਮੈਟ ਕਰਾਉਣੀ ਸੀ ਹੁਣ ਇਹ ਕਸਦੇ। ਕੱਲਾ ਕੱਲਾ ਤਾਰ ਖੁੱਲਦੀ ਸੀ, ਇਕੱਲੀ ਤਾਰ ਖੁੱਲ ਕੇ ਉਹ 'ਚ ਕਸਣੀ ਪੈ ਗਈ ਨਾਲ ਦੀ ਨਾਲ, ਨਹੀਂ ਰੁਲ ਜਾਣਗੇ ਇਹ। ਸ਼ਹਿਰ ਨੂੰ ਸਾਡਾ ਕੰਮ ਇਹ ਕਸ ਨੂੰ ਦਿੱਕਤ ਲਾ ਲੈਣਾ, ਸੋ ਉਹਦਾ ਵੀ ਪਤਾ ਨਹੀਂ ਰੰਗ ਰੁੰਗ ਕਰਾਉਣਾ ਆਪਾਂ ਵੀ, ਆਹ ਦੇਖੋ ਡੱਬ ਖੜਾ ਬੀ ਪੀ ਗਈ, ਇੱਥੋਂ ਫਰਕ ਪਤਾ ਲੱਗਦਾ ਹੋਊਗਾ, ਇੱਥੋਂ ਅੱਡਾ ਇੱਥੋਂ ਅੱਡਾ, ਦੀਦੀ ਨਹੀਂ ਕੈਮਰੇ 'ਚ ਹੁਣ ਦੀਦੀ ਆ, ਆਹ ਪੱਲੇ ਜੇ ਵੀ ਅੱਡ ਹੋਏ ਪੈਣਗੇ। ਅਤੇ ਇਹ ਦੁਬਾਰਾ ਲੈ ਕੇ ਇਹਨਾਂ ਦੇ ਕਸਾਂ ਸੱਤ ਰਹੀਆਂ, ਅਤੇ ਦੁਬਾਰਾ ਆਪਾਂ ਆਹ ਬੰਪਰ ਦੇ ਥੱਲੇ ਵੀ ਆਪਾਂ ਨਿਉਣ ਲਾਵਾਂਗੇ, ਨਿਉਣ ਲਾਈਟ ਇੱਥੇ ਆ ਥੱਲੇ ਆਹ ਥਾਂ 'ਤੇ ਆਪਣੇ ਥਾਂ 'ਤੇ ਤੁਰ ਤੱਕ, ਨਾ ਨਾ ਇੱਥੇ ਲਾਵਾਂਗੇ, ਅੰਦਰ ਨਹੀਂ ਸੁਣ ਲੱਗਣਾ, ਇੱਥੇ ਆਊਗੀ ਐਂ ਚਿੱਟੀ ਲਾ ਲਾ ਇੱਥੇ ਤੱਕ, ਅਸੀਂ ਉੱਧਰਲੇ ਪਾਸੇ ਲਾਵਾਂਗੇ। ਅਤੇ ਇਸ ਤੋਂ ਬਾਅਦ ਕਰਾਂ ਆਪਾਂ ਇਹਦੇ ਜੂਹ 'ਤੇ ਰੰਗ, ਜਿਹੜਾ ਉਹ 855 ਖੜਾ ਹੈ ਬਾਰੇ, ਉਹਦਾ ਜੂਹ ਖੋਲਿਆ ਪਿਆ, ਇਹ ਤਾਂ ਮੈਟ ਹੀ ਮਾਰਾਂਗੇ, ਇਹ 'ਤੇ ਕਰਾਂ ਆਪਾਂ ਮੈਟ ਕਲਰ। ਲਓ ਵੀ ਮਿੱਤਰੋ, ਟਰੈਕਟਰ ਹੁਣ ਆਪਾਂ ਲਏ ਦੂਜੇ ਘਰ, ਕਿਉਂਕਿ ਉੱਧਰ ਵਿਹੜੇ 'ਚ ਹੋ ਰਹੀ ਸੀ ਧੁੱਪ, ਅਤੇ ਇੱਥੇ ਆਪਾਂ ਹੁਣ ਆਹ ਬੰਪਰ ਦੇ ਥੱਲੇ ਲਾਵਾਂ ਆਪਾਂ ਰੈੱਡ ਨਿਓਨ ਲਾਈਟ, ਇੱਥੇ ਸਾਰੇ ਥੱਲੇ ਲਾਵਾਂ ਆਪਾਂ, ਐਂ ਤੁਰਤੋ ਤੁਰ ਇੱਥੇ ਤੱਕ ਲਾਉਣੀਆਂ, ਇੱਥੇ ਆਹ ਖੂੰਜੇ ਤੱਕ ਲਾਉਣੀਆਂ, ਘੋਗਾਂ ਵਾਲੇ ਤੱਕ, ਉਹ ਰਾੜ ਤੱਕ ਹੀ ਲਾ ਦਿੰਦੇ ਫਿਰ, ਇਹ ਇੱਥੋਂ ਲੈ ਕੇ ਦੋਨੇ ਪਾਸੇ ਲਾਵਾਂਗੇ। ਅਤੇ ਆਪਣੇ ਕੋਲ ਨਿਓਨ ਲਾਈਟਾਂ ਸੰਤਰੀ ਵੀ ਪਈ ਹੈਗੀ, ਲਾਲ ਵੀ ਪਈ ਆ, ਅਤੇ ਚਿੱਟੀ ਦਾ ਪੂਰਾ ਰੋਲ ਪਿਆ ਹੈਗਾ, ਅਤੇ ਲਾਉਣੇ ਇਹਨਾਂ ਨੂੰ। ਅਤੇ ਪਹਿਲਾਂ ਤੁਸੀਂ ਦੇਖਿਆ ਹੋਊਗਾ ਵੀ ਆਪਣੀ ਜਿਹੜੀਆਂ ਨੇ ਉਹਨਾਂ ਨੇ ਸਾਰੀਆਂ ਜਿਹੜੀਆਂ ਨੇ ਲਾਈਟਾਂ ਪਹਿਲਾਂ ਲਾਈਆਂ ਹੋਈਆਂ ਨੇਗੀਆਂ, ਇਹ ਖੜੀਆਂ ਰਹਿੰਦੀਆਂ ਨੇ ਜੋ ਚੱਲ ਪੈਂਦੀਆਂ ਨੇ, ਹੁਣ ਇਹਨਾਂ 'ਤੇ ਫਲੈਸ਼ਰ ਲਾਉਣੇ ਵੀ ਜਗਣ ਬੁਝਣ, ਜਗਣ ਬੁਝਣ ਵੀ ਜਗ ਪਿਆ ਕਰਨ, ਬੁਝ ਪਿਆ ਕਰਨਾ, ਫਲੈਸ਼ ਕਰਨ ਲਾਉਣੀਆਂ ਨੇ ਇਹ। ਅਤੇ ਦੇਖਿਓ ਹੁਣ ਕਰਦੇ ਹਾਂ ਆਪਾਂ, ਮਿੱਤਰੋ ਆਹ ਨੇ ਹੁਣ ਲਾਈਟ ਆਪਾਂ ਕੱਟ ਲਈ, ਅਤੇ ਪੂਰੀ ਮਿਣ ਕੇ ਬੰਪਰ 'ਤੇ ਧੁਰ ਤੋਂ ਧੁਰ, ਹੁਣ ਇਹਨਾਂ 'ਤੇ ਲਾਉਣੇ ਟਾਂਕੇ, ਅਤੇ ਤਾਰ ਵੀ ਆਪਾਂ ਲਏ ਸੀ ਕਾਫੀ, ਵੀ ਗਰਮ ਹੋਈ ਜਾਂਦਾ, ਅਤੇ ਟਾਂਕੇ ਲਾ ਕੇ ਫਿਰ ਮਿਲਦੇ ਹਾਂ ਤੁਹਾਨੂੰ ਹੁਣ। ਮਿੱਤਰੋ ਟਾਂਕੇ ਆਪਾਂ ਲਾਤੇ, ਅਤੇ ਹੁਣ ਦੇਖਦੇ ਇਹਨਾਂ ਨੂੰ ਚਲਾ ਕੇ ਵੀ ਕੋਈ ਵੱਧ ਘੱਟ ਨਾ ਹੋਵੇ, ਫਿਰ ਆਪਾਂ ਇਹਨਾਂ ਨੂੰ ਜਮ੍ਹਾਂ ਪੱਕੇ ਕਰ ਦਾਂਗੇ, ਫਿਕਸ ਕਰ ਦਾਂ ਇਹਨਾਂ ਨੂੰ ਇੱਥੇ। ਮਿੱਤਰੋ ਇਹਨਾਂ 'ਤੇ ਆਪਾਂ ਸਾਈਡਾਂ 'ਤੇ ਪੂਰਾ ਕੈਮ ਜਗਾੜ ਕਰਤਾ, ਪਾਣੀ ਪੂਣੀ ਤਾਂ ਪੈਣ ਦਾ ਹੋਈ ਨਹੀਂ ਹੁਣ ਇਹ 'ਚ, ਇੱਧਰ ਵੀ, ਅਤੇ ਹੁਣ ਆਪਾਂ ਇੱਥੇ ਥੱਲੇ ਲਾਵਾਂਗੇ, ਇੱਥੋਂ ਐਂ ਵਧੀਆ ਮੋੜ ਕੇ ਇੱਥੇ ਧੁਰ ਤੱਕ ਆਜੂ ਇਹ, ਅਤੇ ਇਹ ਲਾਉਣੇ ਆਪਾਂ ਪਹਿਲਾਂ ਚੇਪੀ ਲੱਗ ਜਾਣਾ ਚਿੱਟੀ ਦਿਖਣਾ, ਹੁਣ ਮੈਨੂੰ ਆਹ ਹੁਣ ਲਾਉਣਾ ਸੀ ਚਾਰ ਨੂੰ। ਲਓ ਮਿੱਤਰੇ ਨੂੰ ਐਂ ਸਾਰੇ ਪਾਸੇ ਕਾਲੀ ਕਰਕੇ ਮਿਲਦੇ ਆ ਤੁਹਾਨੂੰ, ਕਿਉਂਕਿ ਇਹ ਚਿੱਟੀ ਫਿਰ ਇਹ ਥੱਲੇ ਬੁਰੀ ਲੱਗੂਗੀ, ਤਾਂ ਕਰਕੇ ਕਾਲੀ ਕਰਕੇ ਤੁਹਾਨੂੰ ਫਿਰ ਮਿਲ ਜਾਣਾ। ਲਓ ਵੀ ਮਿੱਤਰੋ
ਇਹਦੇ ਉੱਤੇ ਆਪਾਂ ਨਿਆਉਣ 'ਤੇ ਇੱਕ ਪਾਸੇ ਜਿਹੜਾ ਚਿੱਟਾ ਸੀ ਉਹਦੇ ਤਾਂ ਆਪਾਂ ਲਾਤਾ ਕਾਲੀ ਟੇਪ, ਅਤੇ ਦੂਜੇ ਪਾਸੇ 3M ਟੇਪ ਜਿੱਧਰੋਂ ਚਿਪਕੂਗੀ, ਅਤੇ ਹੁਣ ਇਹਨੂੰ ਚਿਪੇਣੇ ਆ ਦੋਨਾਂ ਨੂੰ ਦੋਨੇ ਪਾਸੇ, ਅਤੇ ਤੁਹਾਨੂੰ ਫਿਰ ਦਿਖਾਉਣੇ ਆ। ਲੈ ਫੜੇ ਰੱਬੇ, ਕਿੰਨੀ ਗੈਂਡ ਲੁੱਕਦੀ ਹੈ, ਲਾ ਕੇ ਤੁਹਾਨੂੰ ਫਿਰ ਚਲਾ ਕੇ ਦਿਖਾਉਣ, ਲੁੱਕ ਵੀ ਕਿਵੇਂ ਆਉਂਦੀ ਹੈਗੀ। ਲਓ ਬਈ ਮਿੱਤਰੋ, ਇੱਧਰਲੇ ਪਾਸੇ ਆਪਾਂ ਨਿਆਉਣ ਲੈਟ ਆਹ ਪੂਰੀ ਲਾਤੀ, ਅਤੇ ਫਿਰ ਚਲਾਉਣੇ ਆ ਦੋਨੇ ਇਕੱਠੇ ਚਲਾਵਾਂਗੇ। ਅਤੇ ਆਹ ਖੂੰਜਿਆਂ ਆ, ਤਾਂ ਆਪਾਂ ਮੜੀਆਂ ਚੁਟਕਣੀਆਂ ਲਾਤੀਆਂ ਕੱਪੜਿਆਂ ਵਾਲੀ, ਮੜੀ ਖੜ ਜੂਗੀ, ਅਤੇ ਚਲਾਈ ਦੇਖੀਏ, ਘੈਂਟ ਲਾ ਦਿਓ ਦੂਰੋਂ ਵੀ। ਇਹ ਆਪਾਂ ਚੱਲਦੀ ਕਰਤੀ, ਅਤੇ ਅਸੀਂ ਆਪਾਂ ਦੂਜੀ ਪਾਸੇ ਲਾਉਣੇ ਆ, ਅਤੇ ਤੁਹਾਨੂੰ ਫਿਰ ਵਾਇਰਿੰਗ ਕਰਕੇ ਪੂਰੀ ਕੰਪਲੀਟ ਫਿਰ ਮਿਲਦੇ ਹੁਣ। ਲਓ ਵੇ ਮਿੱਤਰੋ, ਨਿਓਨ ਲਾਈਟਾਂ ਦੀ ਆਪਾਂ ਸਾਰੇ ਦੀ ਫਿਟਿੰਗ ਵੀ ਕਰਤੀ, ਅਤੇ ਸਾਰੇ ਦੀ ਵਾਇਰਿੰਗ ਵੀ ਕਰਤੀ। ਅਤੇ ਪਹਿਲਾਂ ਤੁਸੀਂ ਦੇਖਿਆ ਹੋਗਾ ਜਿਹੜੀਆਂ ਆਪਣੀਆਂ ਆਹ ਸੋ ਵਾਲੀਆਂ ਲਾਈਟਾਂ ਸੀਗੀਆਂ, ਅਤੇ ਆਪਣੀਆਂ ਸੀਗੀਆਂ ਫਰੰਟ ਵਾਲੀਆਂ, ਇਹ ਖੜੀਆਂ ਰਹਿੰਦੀਆਂ ਸੀ, ਅਤੇ ਹੁਣ ਐਂ ਫਲੈਸ਼ ਕਰਦੀਆਂ ਲਾਤੀਆਂ ਆਪਾਂ, ਫਲੈਸ਼ਰ ਲਾਤਾ ਇਹਨਾਂ ਵਿਚਾਲੇ, ਇੱਕ ਰਿਮੋਟ ਜਿਹਾ ਹੁੰਦਾ ਛੋਟਾ ਜਿਹਾ ਉਹ ਲਾਤਾ। ਅਤੇ ਇਹ ਹੁਣ ਤੁਹਾਨੂੰ ਘੱਟ ਲੱਗ ਰਹੀਆਂ ਹੋਣੀਆਂ, ਹੁਣ ਤੁਹਾਨੂੰ ਰਾਤ ਨੂੰ ਦਿਖਾਉਣੇ ਆ ਵੀ ਕਿਹੋ ਜਿਹੀ ਲੱਗਣੀਆਂ। ਲਓ ਵੀ ਮਿੱਤਰੋ, ਕਰੋ ਚੈੱਕ, ਆਪਾਂ ਲਾਈਟਾਂ ਲਾਤੀਆਂ ਸੀਗੀਆਂ ਮਰਗਾਟਾਂ 'ਤੇ, ਅਜੇ 'ਤੇ ਬੰਪਰ 'ਤੇ, ਦੇਖੋ ਐਂ ਲਾਲ ਰੰਗ ਦੀ, ਅਤੇ ਪੂਰੀ ਹੁਣ ਵਧੀਆ ਹੋ ਗਈ, ਫਿਟਿੰਗ ਕਰਤੀ ਸੀ। ਅਤੇ ਇੱਕ ਹੋਰ ਦਿਖਾਉਣੇ ਤੁਹਾਨੂੰ ਚੀਜ਼, ਇਹ ਸਾਡੇ ਉਵੇਂ ਦਿਮਾਗ ਜਿਹੇ 'ਚ ਆ ਗਈ, ਆਹ ਦੇਖੋ, ਦੱਸੋ ਕੀ ਲਾਇਆ ਵਿੱਚ ਕਮੈਂਟ ਕਰਕੇ, ਤੁਹਾਨੂੰ ਅਗਲੇ ਵਲੋਗ 'ਚ ਦਿਖਾਵਾਂਗੇ, ਠੀਕ ਹੈ। ਅਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਹੋਰ ਵਲੋਗਾਂ ਲਈ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਹੋਰ ਆਪਾਂ ਕੀ ਲਾਈਏ, ਅਤੇ ਮਿਲਦੇ ਤੁਹਾਨੂੰ ਅਗਲੇ ਵਲੋਗ 'ਚ। Oh gang, find out.